ਅਸਲਾਮ ਵਾਲੇਕਮ ਸਿਆਸੀ ਜਹਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿਠਾ ਜੀ ਮਿਠਿਓ ਤੇ ਮਿਠਿਓ ਬਹੁਤ ਵੱਡੀ ਖਬਰ ਲੈ ਕੇ ਇਸਲਾਮਾਬਾਦ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕੇ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਨਰਲ ਬਾਜਵਾ ਸਾਹਿਬ ਪਿਛਲੇ ਹਫਤੇ ਡੇਢ ਹਫਤੇ ਤੋਂ 2 ਹਫਤਿਆਂ ਤੋਂ ਅਮਰੀਕਾ ਦੇ ਦੌਰੇ ਤੇ ਸਨ ਤੇ 마샤알라 بڑا کامیاب دورہ ਕਰਕੇ ਤੇ واپس پاکستان ਪਹੁੰਚ ਚੁਕੇ ਨੇ ਤੇ ਹੁਣ ਹਾਲਾਤ ਜਿਹੜੇ ਨੇ ਅਕਤੂਬਰ ਵੈਸੇ ਹੀ ਚੱਲ ਰਿਹਾ ਔਰ ਅਕਤੂਬਰ ਔਰ ਨਵੰਬਰ ਦੇ ਵਿੱਚ بڑا ਕੁਝ ਹੋਣਾ ਜਿਹੜਾ ਅਸੀਂ ਤੁਹਾਨੂੰ ਅੱਜ ਗੋਸ਼ ਕੁਜ਼ਾਰ ਫੇਰ ਇੱਕ ਰਹੀ ਕਰਨਾ ਕਿਉਂਕਿ ਮੈਂ ਕਹਿੰਨਾ ਕਿ ਮੈਂ ਤੁਹਾਨੂੰ 72 ਦੇ ਨਾਲ ਯਾਦ ਵੀ ਨਾਲ ਨਾਲ ਕਰਵਾਉਂਦਾ ਰਹਾ ਕਿ ਅੱਗੋਂ ਕੀ ਹੋਣਾ ਹੈ ਕੀ ਮਨਜ਼ਰਨਾਮਾ ਪੇਸ਼ ਹੋ ਰਿਹਾ ਕੀ ਇਜ਼ਰਾਈ ਕਹਿ ਰਹੇ ਨੇ ਤੇ ਕੀ ਗੇਮ ਹੋਣੀ ਹੈ ਅੱਗੋਂ ਠੀਕ ਹੈ ਨਾ ਜੀ ਅੱਜ ਜਰਨਲ ਬਾਜਵਾ ਸਾਹਿਬ ਨੇ ਇਮਰਾਨ ਖਾਨ ਸਾਹਿਬ ਨੂੰ ਪਿਆਰਿਆ ਮਿੱਠਿਆ ਨੂੰ ਜਿਹਦੀ ਕਿਸੇ ਦੌਰ ਦੇ ਵਿੱਚ ਮਿੱਠੇ ਆਪਣੇ ਨੈਪੀ ਚੇਂਜ ਕਰਦੇ ਸੀ ਉਹਨੂੰ ਫੀਡਰ ਵੀ ਪਿਆੰਦੇ ਸੀ ਉਹਨੂੰ ਫਿਰ ਚੌਲੀ 'ਚ ਬਿਠਾ ਕੇ ਤੇ ਲੋਰੀਆਂ ਵੀ ਦਿੰਦੇ ਸੀ ਉਹਦੇ ਵਾਸਤੇ ਫਿਰ ਬੰਦੇ ਵੀ ਇਕੱਠੇ ਕਰਦੇ ਸੀ ਪਾਰਲੀਮੈਂਟ ਦਾ ਅਜਲਾਸ ਕਰਾਉਣ ਵਾਸਤੇ ਫਿਰ ਅਧਮੇ ਇਤਮਾਦ ਆਸਤੇ ਤੋ ਪਹਿਲੀ ਅਧਮੇ ਇਤਮਾਦ ਸੀ ਜਦੋਂ ਉਹਨੇ ਕਿਹਾ ਗਿਆ ਸੀ ਇਤਮਾਦ ਦਾ ਵੋਟ ਲਾਇਆ ਤੋ ਅਕਸਰੀਅਤ ਖੋ ਚੁਕੇ ਆ ਪਿਛਲੇ ਸਾਲ ਜਦੋਂ ਯੂਸਫ ਰਜ਼ਾ ਗਿਲਾਨੀ ਦਾ ਇਲੈਕਸ਼ਨ ਹੋਇਆ ਸੀ ਸੈਨੇਟ ਦਾ ਫਿਰ ਬੰਦਿਆ ਨੂੰ 7 7 98 ਕਿਸੇ ਮਿੱਠੇ ਨੇ ਕੰਟੇਨਰ ਵਿੱਚ ਪਾਇਆ ਪਾ ਕੇ ਕੁਝ ਦੋ ਜੋ ਚਾਰ ਚਾਰ ਛਕੀਆਂ ਤੇ ਫਿਰ ਬੰਦੇ ਪੂਰੇ ਕੀਤੇ ਮਾਸਕ ਪਵਾ ਕੇ ਠੀਕ ਹੈ ਨਾ ਜੀ ਤੇ ਹੁਣ ਜਨਾਬ ਬਾਜਵਾ ਸਾਹਿਬ ਨੇ ਆਂਦਿਆ ਇੱਕ ਬਹੁਤ ਵੱਡੀ ਸ਼ਟ ਅਪ ਕਾਲ ਜਿਹੜੀ ਹੈ ਇਹ ਨਿਆਜ਼ੀ ਨੂੰ ਦੇ ਦੇ ਦਿੱਤੀ ਵਾਰਨਿੰਗ ਦੇ ਦਿੱਤੀ ਏ ਸੱਦਾ ਦੇ ਦਿੱਤਾ ਪੈਗਾਮ ਦੇ ਦਿੱਤਾ ਜਿਹੜਾ ਮੈਂ ਤੁਹਾਨੂੰ ਪਿਛਲੇ ਹਫ਼ਤੇ ਦੱਸ ਜਿਨ੍ਹਾਂ ਤੋਂ ਕਹਿ ਰਿਹਾ ਸੀ ਨਾ ਕਿ ਰਿਆਸਤ ਜਿਹੜੀ ਏ ਉਹਨੂੰ ਯਕ ਮੁਸ਼ਤ ਹੋ ਕੇ ਹੁਣ ਇਸ ਫਿਤਨੇ ਨੂੰ ਖਤਮ ਕਰਨਾ ਕਿਉਂਕਿ Imran Khan ਔਰ Pakistan ਦੋਨੋਂ ਇਕੱਠੇ ਨਹੀਂ ਚੱਲ ਸਕਦੇ ਇਹ ਦੋਨੋਂ ਮਤਜ਼ਾਦ ਚੀਜ਼ਾਂ ਨੇ ਚਾਹੇ ਕਿਸੇ ਨੂੰ ਅੱਛਾ ਲੱਗੇ ਚਾਹੇ ਕਿਸੇ ਨੂੰ ਬੁਰਾ ਲੱਗੇ ਇਮਰਾਨ ਖਾਨ ਔਰ ਪਾਕਿਸਤਾਨ ਦੋਨੋਂ ਇਕੱਠੇ ਨਹੀਂ ਚੱਲ ਸਕਦੇ ਇਹ ਇੱਕ ਦੂਜੇ ਦੇ ਮਤਜ਼ਾਦ ਚੀਜ਼ਾਂ ਨੇ ਔਰ ਯੂਥੀਆ ਔਰ ਪਾਕਿਸਤਾਨ ਦੋਨੋਂ ਇਕੱਠਾ ਨਹੀਂ ਚੱਲ ਸਕਦਾ ਇਹ ਇੱਕ ਦੂਜੇ ਦੇ ਮਤਜ਼ਾਦ ਚੀਜ਼ਾਂ ਨੇ ਇਹਨਾਂ ਦਾ ਪਾਕਿਸਤਾਨ ਨਾਲ ਕੋਈ ਤਲਕ ਨਹੀਂ ਔਰ ਪਾਕਿਸਤਾਨ ਦਾ ਇਹਨਾਂ ਨਾਲ ਵੀ ਕੋਈ ਤਲਕ ਨਹੀਂ ਮਿੱਠਾ ਜੀ ਗੱਲ ਜਿਹੜੀ ਹੈ ਸਿੱਧੀ ਔਰ ਸਾਫ਼ ਕਰਨੀ ਚਾਹੀਦੀ ਹੈ ਔਰ ਡੰਕੇ ਦੀ ਚੋਰ ਤੇ ਸਿਆਸੀ ਡਰਾਏ ਗੱਲ ਕਰਦਾ ਠੀਕ ਹੈ ਨਾ ਮਿੱਠਾ ਜੀ ਬਾਜਵਾ ਸਾਹਿਬ ਅੱਜ ਕਾਕੋਲ ਅਕੈਡਮੀ ਦੇ ਵਿੱਚ ਜਿਹੜੀ ਪਾਸਿੰਗ ਆਊਟ ਹੁੰਦੀ ਆ ਉਹਦੇ ਵਿੱਚ ਬਾਜਵਾ ਸਾਹਿਬ ਨੇ ਕੀਤਾ ਖਤਾਬ ਖਬਰ ਤੇ ਆਨੇ ਆ ਪਹਿਲੀ ਖਬਰ ਹੈ ਕਿ ਬਾਜਵਾ ਸਾਹਿਬ ਨੇ ਸ਼ਟਅਪ ਕਾਲ ਦੇ ਦਿੱਤੀ ਵਾਰਨਿੰਗ ਦੇ ਦਿੱਤੀ ਔਰ ਇਸਲਾਮਾਬਾਦ ਦੇ ਵਿੱਚ ਨਿਆਜ਼ੀ ਦਾ ਖਤਰਨਾਕ ਮਨਸੂਬਾ ਰਿਆਸਤ ਦੇ ਖਿਲਾਫ ਜਿਹੜਾ ਫੜਿਆ ਗਿਆ ਉਹ ਵੀ ਤੁਹਾਨੂੰ ਦੱਸਣੇ ਆ ਬਾਜਵਾ ਸਾਹਿਬ ਤੇ ਆ ਜੀ ਉਹਨਾਂ ਨੇ ਜਨਾਬ ਅੱਜ ਖਤਾਬ ਕੀਤਾ ਖਤਾਬ ਦੇ ਵਿੱਚ ਉਹਨਾਂ ਨੇ ইমরান ਖਾਨ ਨਿਆਜ਼ੀ ਨੂੰ ਵਾਰਨਿੰਗ ਜਾਰੀ ਕੀਤੀ ਸ਼ਟ ਅਪ ਕਾਲ ਦਿੱਤੀ ਸੱਦਾ ਦਿੱਤਾ ਕਿ ਮਿੱਠਿਆ ਬੰਦੇ ਦਾ ਪੁੱਤਰ ਬਣ ਜਾ ਇਹ ਦੇ ਪਿੱਛੇ ਬੜਾ ਕੁਝ ਚੱਲ ਰਿਹਾ ਹੈ اسلامਾਬਾਦ ਦੇ ਵਿੱਚ ਜਿਹੜੀ ਖੈਂਚਾ ਤਾਣੀ ਲੱਗੀ ਹੈ ਜਿਹੜਾ ਇੱਕ ਬੰਦਾ ਪਸ਼ਾਵਰ ਤੋਂ ਬਾਵਲਪੁਰ ਜਾਂਦਾ ਹੈ ਬਾਵਲਪੁਰ ਤੋਂ 3 ਹਫ਼ਤਿਆਂ ਦੀ ਛੁੱਟੀ ਲੈਂਦਾ ਲਿਆ ਕੇ ਆ ਕੇ اسلام آباد ਦੇ ਵਿੱਚ ਮੁਲਾਕਾਤਾਂ ਕਰਾਂਦਾ ਫਿਰਦਾ ਹੈ ਵੱਡੇ-ਵੱਡੇਆਂ ਦੀਆਂ ਜਲਸੇ ਜਲੂਸ ਕਰਾਂਦਾ ਫਿਰਦਾ ਹੈ ਨਿਆਜ਼ੀ ਦੇ مختلف ਸ਼ਹਿਰਾਂ ਦੇ ਵਿੱਚ ਦੌਰੇ ਕਰਦਾ ਫਿਰਦਾ ਛੁੱਟੀ ਲੈ ਕੇ ਗੇਮ ਬੜੀ ਪਖੀ اسلام آباد ਵਿੱਚ ਲੇਕਿਨ ਬਾਜਵਾ ਸਾਹਿਬ ਨੇ ਆਂਦਿਆਂ ਹੀ ਸਾਰਾ ਕੁਝ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਤੇ ਇੱਕ ਤੇ ਇਹ ਜਿਹੜੇ ਫਿਤਨੇ ਨੇ ਇਹਨਾਂ ਨੂੰ ਪੈਗਾਮ ਜਾਰੀ ਕੀਤਾ ਇਹ ਜਿਹੜੇ ਸੱਚੇ ਖੱਬੇ ਫਿਰਦੇ ਨੇ ਪਿਆਬੇ ਅਸੀਂ ਖਾਨ ਆ ਰਿਹਾ ਤੇ ਖਾਨ ਜਾ ਰਿਹਾ ਤੇ ਇਲੈਕਸ਼ਨ ਦੀ ਡੇਟ ਦੇ ਦੇਓ ਤੇ ਫਲਾਨੀ ਡੇਟ ਦੇ ਦੇਓ ਤੇ ਇਹ ਦੇ ਦੇਓ ਤੇ ਉਹ ਦੇ ਦੇਓ ਮਾਰਚ ਚ ਕਰਾ ਲਓ ਇਲੈਕਸ਼ਨ April ਚ ਕਰਾ ਲਓ May ਚ ਕਰਾ ਲਓ ਉਹ ਡੇਟ ਹੀ ਦੇ ਦਿਓ ਇਹਨੂੰ ਗ੍ਰਿਫਤਾਰ ਨਾ ਕਰਿਆ ਜੇ ਇਹ ਇਹਨੂੰ ਇਸਰਾਇਲ ਵਾਲੇ ਮੰਗਦੇ ਨੇ ਪਿਆ ਉਧਰ ਕੱਲ ਦੀ ਏ ਅਫਗਾਨਿਸਤਾਨ ਵਾਲੇ ਆਂਦੇ ਨੇ ਸਾਡੇ ਕੋਲ ਆ ਜਾ ਕਿਉਂਕਿ ਇਹਦੀ ਮਾਂ ਅਫਗਾਨੀ ਸੀ ਉੱਥੇ ਕੱਲ ਦਿਓ ਇਹ ਇਹ ਅਫਗਾਨਿਸਤਾਨ ਔਰ ਇਸਰਾਇਲ ਔਰ ਇੰਡੀਆ ਤ੍ਰੈਮ ਲੋਕ ਜਿਹੜੇ ਨੇ ਉਹਨਾਂ ਤੋਂ ਇਲਾਵਾ ਕੋਈ ਮੁਲਕ ਨਿਆਜ਼ੀ ਨੂੰ ਲੈਣ ਵਾਸਤੇ ਤਿਆਰ ਨਹੀਂ ਉਹ ਆਂਦੇ ਨੇ ਇਹ ਜੇ ਤੁਹਾਡੇ ਤੇ ਬੋਝ ਏ ਜੇ ਤੁਹਾਡੇ ਮੁਲਕ ਦੇ ਬੋਝ ਏ ਤੇ ਸਾਡੇ ਤੇ ਵੀ ਤੇ ਬੋਝ ਨਾ ਏ ਠੀਕ ਨਾ ਮਿੱਠਾ ਜੀ ਤੇ ਇਹ ਸਰਕਾਰ ਬਾਜਵਾ ਸਾਹਿਬ ਨੇ ਇਹ ਐਲਾਨ ਕੀਤਾ ਹੈ ਇਹ ਸ਼ਟਅਪ ਕਾਲ ਦਿੱਤੀ ਹੈ ਨਿਆਜ਼ੀ ਨੂੰ ਕਿ ਕੋਈ ਖਬਰਦਾਰ ਅਗਰ ਕੋਈ ਕਿਸੇ ਕਿਸਮ ਦਾ ਜਲੂਸ ਧਰਨਾ ਜਾਂ ਲਾਂਗ ਮਾਰਚ ਜਾਂ ਵਫਾਕੀ ਦਾਰੁਲ ਹਕੂਮਤ ਪਾਕਿਸਤਾਨ ਨੂੰ ਯਰਗਮਾਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਬੜਾ ਸਖਤੀ ਦੇ ਨਾਲ ਜਿਹੜਾ ਇਹ ਨਿਪਟਿਆ ਜਾਏਗਾ ਸਮਝ ਆ ਗਈ ਨਾ ਕੋਈ ਕਿਸੇ ਕਿਸਮ ਦੀ ਰਿਆਇਤ ਜਿਹੜੀ ਹੈ ਇਹ ਨਹੀਂ ਦਿੱਤੀ ਜਾਏਗੀ ਔਰ ਨਾਲ ਨਾ ਕਿਹਾ ਕਿ ਜਿਹੜਾ ਫਿਤਨਾ ਇਹ ਕੋਸ਼ਿਸ਼ ਕਰੇਗਾ ਕਿ ਮੈਂ ਇਸਲਾਮਾਬਾਦ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨੀ ਹੈ ਮੈਂ ਰਿਆਸਤ ਨੂੰ ਯਰਗਮਾਲ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਉਹਦੇ ਨਾਲ ਫਿਰ ਉਹ ਕੀਤੀ ਜਾਏਗੀ ਜਿਹੜੀ ਉਹਨੇ ਕਦੀ ਸੋਚੀ ਵੀ ਨਹੀਂ। ਔਰ ਨਾਲ ਜਿਹੜੇ ਇਹ ਸੋਸ਼ਲ ਮੀਡੀਆ ਦੇ ਉੱਤੇ ਲੋਕ ਪਾਕ ਫੌਜ ਦੇ ਖਿਲਾਫ, ਰਿਆਸਤ ਦੇ ਖਿਲਾਫ ਔਰ ਨਿਆਜ਼ੇ ਦੀ ਹਮਾਇਤ ਚ ਲੱਗੇ ਨੇ। مختلف ਮੁਲਕਾਂ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਉਹਨਾਂ ਵਾਸਤੇ ਵੀ ਇਹ ਬੜੀ ਵੱਡੀ ਵਾਰਨਿੰਗ ਹੈ। ਕਿ ਤੁਸੀਂ ਵੀ ਬੰਦੇ ਦੇ ਪੁੱਤਰ ਬਣ ਜਾਓ। ਜਿਹੜੇ ਪਾਕਿਸਤਾਨ ਦੀ ਮੌਜੂਦ ਰਸਮੀ ਇਬਰਾਹਿਮ, ਮੌਇਦ ਪੀਰ ਜ਼ਾਦਾ صدیق ਜਾਨ ਇਸ ਤਰ੍ਹਾਂ ਦੇ ਜਿਹੜੇ ਹੋਰ 6-7 ਲੋਕ ਨੇ। ਇਹ ਜਿਹੜੇ ਮੁਲਕ ਦੁਸ਼ਮਣ ਨੇ ਵਤਨ ਫਰੋਸ਼ ਨੇ ইমরান ਰਿਆਜ਼ ਖਾਨ ਇਸ ਤਰ੍ਹਾਂ ਦੇ ਜਿਹੜੇ ਫਿਤਨੇ ਨੇ ਇਹਨਾਂ ਨੂੰ ਵੀ ਪੈਗਾਮ ਜਾਰੀ ਕੀਤਾ ਗਿਆ ਕਿ ਇਨਸਾਨ ਬਣ ਜਾਓ ਇਹ ریاست ਨੇ ਹੁਣ ਅੱਗੇ ਚੱਲਣਾ ਹੈ ਇਕਨੋਮੀ ਨੇ ਠੀਕ ਹੋਣਾ ਹੈ ਹੁਣ ਪਾਕਿਸਤਾਨ ਨੂੰ ਆਪਣੇ ਪੈਰਾਂ ਤੇ ਦੁਬਾਰਾ ਖੜਾ ਕਰਨਾ ਹੈ ਜਿਹਦੀਆਂ ਅਸੀਂ ਨੈਪੀਆਂ ਚੇਂਜ ਕਰਦੇ ਰਹੇ ਆਂ ਇਹਦੇ ਹਵਾਲੇ ਅਸੀਂ ਮੁਲਕ ਨਹੀਂ ਕਰ ਸਕਦੇ ਕਿਉਂਕਿ ਨਿਆਜ਼ੀ ਔਰ ਪਾਕਿਸਤਾਨ ਦੋਨੋਂ ਮਤਜ਼ਾਦ ਚੀਜ਼ਾਂ ਹੋ ਚੁੱਕੀਆਂ रियासत दी सलामती जेडी ओ नहीं रह सकदी अगर इमरान नियाजी जेड़ा ए जिंदा रहे पाकिस्तान च देखो गल सीधी और खुल के करनी चाहिदी एहो ही पाकिस्तान दी आवाज है ते बाजवा साहब ने बड़ी वड्डी शट अप काल दीती है के ध्यान कर ए हरकतें छड़ दे जेल तेरा मुकद्दर ना अहली तेरा मुकद्दर है और उस तो बाद आर्टिकल 6 तेरा मुकद्दर है और संगीन गद्दारी दे मुकदमे तेरे मुकद्दर ने ਅਗੋਂ ਤੇਰੀਆਂ ਆਡੀਓ ਹੋਰ ਵੀ ਆ ਰਹੀਆਂ ਵੀਡੀਓ ਵੀ ਆ ਰਹੀਆਂ ਮੁੰਡੇ ਤੇ ਮੁੰਡੇ ਵਾਲੀ ਖੇਡ ਵੀ ਆ ਰਹੀ ਸਾਰਾ ਕੁਛ ਆ ਰਿਹਾ ਤੇ ਇਨਸਾਨ ਦਾ ਪੁੱਤਰ ਬਣ ਤੇ ਰਿਆਸਤੇ ਪਾਕਿਸਤਾਨ ਨੂੰ ਮਜ਼ੀਦ ਤੰਗ ਨਾ ਕਰ ਇਹ ਬਾਜਵਾ ਸਾਹਿਬ ਦਾ ਪੈਗਾਮ ਸੀ ਇਸ਼ਾਰਿਆਂ ਕਰਾਇਆਂ ਦੇ ਵਿੱਚ ਇਸ ਰੰਗੀਲੇ ਨੂੰ ਨਿਆਜ਼ੀ ਨੂੰ ਸ਼ੇਖ ਰਸ਼ੀਦ ਨੂੰ ਤਰੀਕੇ ਇਨਸਾਫ ਨੂੰ ਔਰ ਇਹ ਜਿਹੜੇ ਵਤਨ ਫਰੋਸ਼ ਡੋਲਾ 2 4 ਦਰਜਨ ਜਾਂ ਇਹ ਨਿਆਜ਼ੀ ਦੇ ਨਾਲ ਜਿਹੜਾ ਇਹ ਮੌਜੂਦ ਇਹਨਾਂ ਨੂੰ ਤੇ ਇਹ ਸ਼ਟਅਪ ਕਾਲ ਦਿੱਤੀ ਹੈ ਜਰਨਲ ਬਾਜਵਾ ਨੇ ਔਰ ਮੈਂ ਸਲਾਮ ਪੇਸ਼ ਕਰਨਾ ਬਾਜਵਾ ਸਾਹਿਬ ਕਾ ਤੁਸੀਂ ਆਂਦੇ ਮੇਰੀ ਤਵਕਕ ਦੇ ਮੁਤਾਬਕ ਗੇਮ ਜਿਹੜੀ ਉਹ ਖੇਚ ਦਿੱਤੀ ਹੈ ਨਾਲੇ ਜੱਟ ਭਰਾ ਹੈ ਆਪਣਾ ਤੇ ਗੇਮ ਤੇ ਫਿਰ ਜੱਟ ਚੁਕਦੇ ਨੇ ਕਿ ਨਹੀਂ ਚੁਕਦੇ ਠੀਕ ਨਾ ਜੀ ਉਸ ਤੋਂ ਬਾਅਦ ਜੀ اسلامਾਬਾਦ ਦੇ ਵਿੱਚ ਨਿਆਜ਼ੀ ਦਾ ਬੜਾ ਵੱਡਾ ਖਤਰਨਾਕ ਮਨਸੂਬਾ ਜਿਹੜਾ ਇਹ ਏਜੰਸੀਆਂ ਨੇ ਫੜ ਲਿਆ ਤਕਰੀਬਨ 3-400 ਅਫਗਾਨੀ ਜਿਹੜੇ ਪਖਤੂਨ ਹਾ ਦੇ ਵਿੱਚ ਰਹਿ ਕੇ ਪੱਥਾ ਲੈ ਰਿਆ ਸੀ ਔਰ ਬੰਦੇ ਅਗਵਾ ਕਰ ਰਿਹਾ ਸੀ ਇਹਨਾਂ ਨੂੰ ਖੁਫੀਆ ਤਰੀਕੇ ਦੇ ਨਾਲ 2-2 4-4 ਦੀਆਂ ਟੋਲੀਆਂ ਕਰਕੇ ਬੱਸਾਂ ਵੈਗਨਾਂ ਤੇ اسلامਾਬਾਦ ਦੇ ਵਿੱਚ ਪਹੁੰਚਾ ਦਿੱਤਾ ਗਿਆ ਸੀ ਕਿ ਜਾਂ ਹੀ ਮਕਾਲ ਦੇਣੀ ਹੈ ਜਾਂ ਹੀ ਮਲੰਗ ਮਾਰਚ ਦਾ ਐਲਾਨ ਕਰਨਾ ਹੈ ਜਾਂ ਧਰਨੇ ਦਾ ਐਲਾਨ ਕਰਨਾ ਹੈ ਤੁਸੀਂ ਨਿਕਲ ਕੇ ਆ ਕੇ ਤੇ ਤੋੜ-ਫੋੜ ਸ਼ੁਰੂ ਕਰ ਦੇਣੀ ਹੈ ਮਾਸਕ ਵਗੈਰਾ ਪਾ ਕੇ ਔਰ ਇਸ ਤਰ੍ਹਾਂ ਦੇ ਮਫਰਲ ਜਿਹਾ ਬਨ ਕੇ ਔਰ ਤੋੜ-ਫੋੜ ਸ਼ੁਰੂ ਕਰ ਦੇਣੀ ਹੈ ਲੂਟਮਾਰ ਸ਼ੁਰੂ ਕਰ ਦੇਣੀ ਹੈ ਚੀਜ਼ਾਂ ਤੋੜਨੀਆਂ ਸ਼ੁਰੂ ਕਰ ਦੇਣੀਆਂ ਨੇ ਬੈਂਕਾਂ ਤੇ ਹਮਲੇ ਕਰ ਦੇਣੇ ਨੇ ਸਰਕਾਰੀ ਇਮਾਰਤਾਂ ਦੇ ਤੁਸੀਂ ਹਮਲੇ ਕਰ ਦੇਣੇ ਨੇ ਔਰ ਉਹਨਾਂ ਕੋਲ ਸਾਰੇ ਦਾ ਸਾਰੇ ਜਿਹੜੇ ਉਹ ਚੀਜ਼ਾਂ ਹੁੰਦੀਆਂ ਨੇ ਉਹ ਵੀ ਉਹਨਾਂ ਦੇ ਕੋਲ ਮੌਜੂਦ ਸੀ ਔਰ ਏਜੰਸੀਆਂ ਪਾਕਿਸਤਾਨ ਦੀਆਂ ਇੱਕ ਵਾਰੀ ਮੈਂ ਫੇਰ ਕਵਾਂਗਾ ਪਾਕਿਸਤਾਨ ਦੀਆਂ ਏਜੰਸੀਆਂ ਵਰਗੀਆਂ ਕੋਈ ਏਜੰਸੀਆਂ ਨੇ ਉਹਨਾਂ ਦੇ 3-400 ਬੰਦਾ ਜਿਹੜਾ ਨਿਸ਼ਾਨਦਾਈ ਕਰਕੇ ਤੇ ਫੜ ਲਿਆ ਫੜ ਕੇ ਫਿਰ ਉਹਨਾਂ ਕੋਲ ਸਾਰਾ ਕੁਝ ਬਰਾਮਦ ਵੀ ਕਰ ਲਿਆ ਔਰ ਬਰਾਮਦ ਕਰਨ ਤੋਂ ਬਾਅਦ ਫਿਰ ਪੈਗਾਮ ਵੀ ਪਹੁੰਚਾ ਦਿੱਤਾ ਉਹਨੂੰ ਕਿ ਇਹ ਤੇਰੇ ਮਾਮੇ ਦੇ ਪੁੱਤਰ ਜਿਹੜੇ ਤੂੰ ਅਫਗਾਨਿਸਤਾਨ ਚੋਂ ਇੰਪੋਰਟ ਕੀਤੇ ਨੇ ਇਹ ਅਸੀਂ ਫੜ ਲੈਨੇ ਇਹ ਅਸਲਾ ਵੀ ਫੜ ਲਿਆ ਇਹ ਸਾਰਾ ਕੁਝ ਅਸੀਂ ਫੜ ਲਿਆ ਇਹਨਾਂ ਕੋਲ ਤੇ ਇਨਸਾਨ ਦਾ ਬੱਚਾ ਬਣ ਜਾ ਉਹ ਫਾਈਲ ਜਿਹੜੀ ਉਹ ਮੋਟੀ ਤੋਂ ਮੋਟੀ ਹੋ ਰਹੀ ਹੈ ਦੇ ਖਿਲਾਫ ਤੇ ਇਹ ਰਸਤੇ ਪਾਕਿਸਤਾਨ ਦੇ ਖਿਲਾਫ ਬਹੁਤ ਵੱਡਾ ਘਨੌਣਾ ਮਨਸੂਬਾ اسلامਾਬਾਦ ਦੇ ਵਿੱਚ اسلامਾਬਾਦ ਚ ਤੋੜ-ਫੋੜ ਅੱਗ ਸ਼ਗਲਾਣ ਦਾ ਜਿਹੜਾ ਮਨਸੂਬਾ ਸੀ ਲੂਟ ਮਾਰ ਦਾ ਮਨਸੂਬਾ ਸੀ ਜਿਸ ਦਿਨ ਨੇ ਕਾਲ ਦੇਣੀ ਸੀ ਇਹ ਜਿਹੜਾ 3-400 ਬੰਦਾ ਅਫਗਾਨਿਸਤਾਨ ਦੇ ਵਿੱਚੋਂ ਪਖਤੂਨ ਹਾ ਦੇ ਵਿੱਚ ਲਿਆ ਕੇ ਬਿਠਾਇਆ ਉਹਨਾਂ ਦੇ ਆ ਪੈਸਿਆਂ ਦੇ ਪਲਦਾ ਸੀ ਪਿਆ ਔਰ ਸੂਬਾ ਜਿਹੜਾ ਉਹ ਦਿਵਾਲੀਆ ਹੋ ਗਿਆ ਬੈਂਕਰਪਟ ਹੋ ਗਿਆ ਔਰ ਇਹ ਉੱਥੇ ਉਹਨਾਂ ਕੋਲ ਪੱਥਾ ਵਸੂਲ ਕਰ ਰਹੇ ਨੇ ਇਹਨਾਂ ਨੂੰ اسلامਾਬਾਦ ਦੇ ਵਿੱਚ ਚੋਰੀ ਛੁਪੇ ਲਿਆ ਕੇ ਬਿਠਾ ਦਿੱਤਾ ਗਿਆ ਔਰ ਏਜੰਸੀਆਂ ਨੇ ਫੜ ਕੇ ਤੇ ਪਾਂਡਾ ਫੋੜ ਦਿੱਤਾ ਔਰ ਫਾਈਲ ਜਿਹੜੀ ਇਹ ਉਹ ਬਣ ਚੁੱਕੀ ਹੈ ਇਹ ਵੀ ਮੁਕਦਮਾ ਆਉਣ ਵਾਲਿਆਂ ਦਿਨਾਂ ਦੇ ਵਿੱਚ ਇਹਦੇ ਤੇ ਦਰਜ ਹੋਏਗਾ ਕਿਉਂਕਿ ਉਹ ਜਿਹੜੇ ਅਫਗਾਨੀ ਨੇ ਉਹ ਹੁਣ ਬਿਆਨات ਦੇ ਰਹੇ ਨੇ ਜੀ ਸਾਨੂੰ ਤੇ ਇੰਨੇ ਹੀ ਨੇ ਪੈਸੇ ਦੇ ਕੇ ਇਹਨੇ ਆਂਦਾ ਇਹਨੇ ਕਿਹਾ ਜੀ ਇਹ ਚੀਜ਼ਾਂ ਤੋੜਨੀਆਂ ਇੰਨਾ ਮਾਰਤਾ ਤੇ ਹਮਲੇ ਕਰਨੇ ਨੇ ਇੱਥੇ ਇੱਥੇ ਅੱਗ ਲਾਣੀ ਹੈ ਇਹ ਇਹ ਕਰਨਾ ਹੈ ਇੰਨੇ ਲੱਖ ਲੱਖ ਰੁਪਈਆ ਸਾਡੇ ਨਾਲ ਮੁੱਕਿਆ ਅੱਲਾਹ ਅੱਲਾਹ ਤੇ ਖੈਰ ਸਲਾ ਸਾਡਾ ਕੀ ਹੈ ਸਿੱਤੇ ਅਫਗਾਨੀ ਆ ਸਾਡਾ ਨਦੀਨ ਨਾਲ ਤਲਕ ਕਿਤੇ ਨਾ ਦੁਨੀਆ ਨਾਲ ਤਲਕ ਹੈ ਅਸੀਂ ਤੇ ਕਰਾ ਦੇ ਆ ਤੇ ਨਾਲੇ ਸਿੱਤੇ ਮਾਮੇ ਫੁੱਫੀ ਦੇ ਆ ਇਹਦੇ ਤੇ ਇਹਦੀ ਮaaf ਗਾਨੇ ਨੇ ਸਿੱਤੇ ਸਾਡਾ ਤੇ ਫਿਰ ਫੁੱਫੀ ਦਾ ਪੁੱਤਰ ਹੋਇਆ ਨਾ ਤੇ ਇਸ ਤੇ ਆ ਗਏ ਮੁਹੱਬਤ ਤੇ ਚਦੇ ਆਸਤੇ ਸਾਨੂੰ ਤਾਂ ਨਵਾਜ਼ ਸ਼ਰੀਫ ਨੇ ਇਥੋਂ ਕੱਢਿਆ ਸੀ ਤੇ ਇਹ ਇਹ ਸੂਬਾ ਸਾਫ਼ ਕੀਤਾ ਸੀ ਦਸ਼ਤਗਰਦੀ ਤੋਂ ਇਹ ਸਾਡਾ ਫੁੱਫੀ ਦਾ ਪੁੱਤਰ ਇਹਨੇ ਕਿਹਾ ਵਾਪਸ ਆ ਜਾਓ ਤੁਸੀਂ ਸਾਡੀ ਝੋਲੀ 'ਚ ਪੈਸੇ ਅਸੀਂ ਦੇਨੇ ਆ ਮੈਨੂੰ ਪਖਤੂਨ ਹਾ ਦਾ ਇਲੈਕਸ਼ਨ ਵੀ ਦਿਤਾਓ ਬੰਦੂਕ ਦੀ ਜ਼ੋਰ ਤੇ ਔਰ ਆਕੇ اسلامਾਬਾਦ ਨੂੰ ਯਾਰਕਮਾਲ ਬਣਾਉਣੇ ਆ ਤੇ ਨਾਲ ਉਹਨੇ ਇਹ ਵੀ ਕਿਹਾ ਕਿ 200 ਅਫਗਾਨੀ ਬਨਿੰਗਾਲਾ ਦੇ ਵਿੱਚ ਟੈਂਟ ਲਾ ਕੇ ਬੈਠੇ ਨੇ ਉਹਨਾਂ ਵੀ ਜਲਗਾਰ ਕਰਨੀ ਹੈ اسلامਾਬਾਦ ਤੇ ਜਹਦਨਕਾਲ ਆਣੀ ਹੈ ਤੇ ਰਾਣਾ ਸਨਾਵਲਾ ਉਧਰ ਵੀ ਧਿਆਨ ਕਰ ਲੈ ਉਹ ਫਫੀ ਦੇ ਪੁੱਤਰ ਜੇ ਉਹਨਾਂ ਨੂੰ ਕਿਉਂ ਨਹੀਂ ਫੜਦੇ ਪਿਆ ਉਹਨਾਂ ਨੂੰ ਤੇ ਉੱਥੇ 6 ਮਹੀਨੇ ਹੋ ਗਏ ਨੇ ਤੇ ਇਸ ਵਾਸਤੇ ਇਹ ਬਹੁਤ ਵੱਡਾ ਮਨਸੂਬਾ ਜਿਹੜਾ ਇਹ ਫੜਿਆ ਗਿਆ ਔਰ ਬਾਜਵਾ ਸਾਹਿਬ ਨੂੰ ਸਲਾਮ ਪੇਸ਼ ਕਰਨਾ ਜਿਨ੍ਹਾਂ ਆਂਦੇ ਹੀ ਸ਼ਟਅਪ ਕਾਲ ਦਿੱਤੀ ਔਰ ਸਾਰੇ ਮਾਮਲੇ ਜਿਹੜੇ ਨੇ ਇਸ ਸੰਭਾਲੇ ਨੇ ਅਕਤੂਬਰ ਔਰ ਨਵੰਬਰ ਦੇ ਵਿੱਚ ਫਿਤਨੇ ਦਾ ਖਾਤਮਾ ਹੋਏਗਾ ਇਹ ਤੁਸੀਂ ਲਿਖ ਲਓ ਬਹੁਤ ਸ਼ੁਕਰੀਆ